ਮੈਂ ਜਦੋਂ ਘਰ ਆਇਆ ਮੈਂ ਆਪਣਾ ਟੈਬ ਖੋਲ੍ਹਿਆ ਅਤੇ ਮੈਨੂੰ ਮੇਲਾਂ ਬਹੁਤ ਜ਼ਿਆਦਾ ਆਈਆਂ ਹੋਈਆਂ ਸੀ। ਐਕਿਆ ਭੈਣ ਉਹਨੇ ਪੇਂਟਿੰਗ ਬਣਾਈ ਆ ਸਾਡੀ, ਮੈਨੂੰ ਪਤਾ ਸ਼ੋਅ ਕਰਨ ਦੀ ਲੋੜ ਨਹੀਂ ਹੈਗੀ, ਮੈਨੂੰ ਪਤਾ ਮੇਰੇ ਸਬਸਕ੍ਰਾਈਬਰ ਸਾਨੂੰ ਦਿਲੋਂ ਪਿਆਰ ਕਰਦੇ ਆ, ਠੀਕ ਨਹੀਂ? ਜਿਹੜਾ ਮਿਲਦਾ ਹੈ ਉਹ ਇੱਦਾਂ ਇਵੇਂ ਮਿਲਦਾ ਜਿਹੜਾ ਕਿ ਮੈਨੂੰ ਪਹਿਲੀ ਵਾਰੀ ਨਹੀਂ ਮਿਲਿਆ ਹੁੰਦਾ, ਉਹ ਪਹਿਲਾਂ ਵੀ ਮੈਨੂੰ ਜਾਣਦੇ ਆ ਵੀ ਉਹ ਮੇਰਾ ਚਾਹੇ ਭਰਾ ਆ ਭੈਣ ਆ। ਵੀ ਇਹ ਕਿਊਬੋ ਦਾ ਕੈਮਰਾ, ਇਹ ਇੱਕ ਐਸੀ ਚੀਜ਼ ਆ, ਇਹਦੇ ਕੀ ਫਾਇਦੇ ਆ? ਇਹ ਇੱਕ ਆਮ ਕੈਮਰਾ ਨਹੀਂ ਹੈਗਾ, ਇਹ ਕੈਮਰਾ ਉਹ ਕੈਮਰਾ ਆ। ਇੱਕ ਇਹਦੇ ਵਿੱਚ ਬਹੁਤ ਵੱਡਾ ਫੰਕਸ਼ਨ ਆ ਜੋ ਕਿ ਪਹਿਲਾਂ ਹਰ ਇੱਕ ਪਹਿਲਾਂ ਪੁਰਾਣੇ ਕੈਮਰਿਆਂ ਦੇ ਵਿੱਚ ਨਹੀਂ ਸੀ ਆਉਂਦਾ, ਸੋ ਉਹ ਇਸ ਕੈਮਰੇ ਦੇ ਵਿੱਚ ਫੰਕਸ਼ਨ ਆ। ਤੇ ਆ ਜਾਓ ਆਪਾਂ ਇਹਨੂੰ ਓਪਨ ਕਰੀਏ ਤੇ ਨਾਲ ਨਾਲ ਤੁਹਾਨੂੰ ਫੰਕਸ਼ਨ ਦੱਸਦੇ ਆ। ਲੁੱਕ ਚੈੱਕ ਕਰਦੇ ਆ, ਇੱਕ ਡਾਟਾ ਕੇਬਲ, ਠੀਕ ਆ, ਚੱਕੋ। ਜਦੋਂ ਵੀ ਕੋਈ ਇਹਦੇ ਸਾਹਮਣੇ ਆਊਗਾ ਤੇ ਇਹ ਦੱਸ ਦਊਗਾ 1 ਪਰਸਨ, ਠੀਕ ਆ। ਮੈਂ ਇੱਕ ਵਾਰੀ ਔਨ ਕਰਕੇ ਦਿਖਾਊਂਗਾ, ਫਿਰ ਆਪਾਂ ਜਦੋਂ ਲਾਵਾਂਗੇ ਤੇ ਉਹ ਵੀ ਦਿਖਾਵਾਂਗੇ, ਠੀਕ ਆ। ਤੇ ਚਲੋ ਸਭ ਤੋਂ ਪਹਿਲਾਂ ਇਹਨੂੰ ਮੈਂ ਸਕੈਨ ਕਰ ਲੈਣਾ। ਇਹਨਾਂ ਦੀ ਕਿਊਬੋ ਦੀ ਇੱਕ ਐਪ ਆ, ਠੀਕ ਆ, ਉਹ ਐਪ ਨੂੰ ਆਪਾਂ ਪਲੇ ਸਟੋਰ ਤੋਂ ਜਾ ਕੇ ਡਾਊਨਲੋਡ ਕਰ ਲੈਣਾ ਆ। ਲਓ ਜੀ, ਡਾਟਾ ਕੇਬਲ ਇੰਨੀ ਲੰਬੀ ਆ, ਜਾਣ ਕੇ ਮੇਰੇ ਆ ਹੱਥ ਜਿੰਜੀ ਬਹੁਤ ਜ਼ਿਆਦਾ ਲੰਬੀ ਆ, ਠੀਕ ਆ। ਅਸੀਂ ਲੋਕਲ ਮਾਰਕੀਟ ਤੋਂ ਲਿਆ, ਉਹ ਆਪਣੇ ਪੰਜਾਬੀ ਸੀਗੇ, ਸ਼ੌਪ ਕੀਪਰ ਜਿਹੜੇ ਸੀਗੇ ਸਰਦਾਰ ਸੀ, ਹਾਂਜੀ ਸਰਦਾਰ ਸੀ, ਤੇ ਉਹਨਾਂ ਨੇ ਦੱਸਿਆ ਕਿ ਅਸੀਂ ਘਰ ਵਿੱਚ ਵੀ ਇਹੀ ਯੂਜ਼ ਕਰਦੇ ਹਾਂ। ਕਹਿੰਦੇ ਲੈਟ ਗਏ ਤੇ ਇਨਵਰਟਰ ਲਾ ਸਕਦੇ ਸੀ, ਸਾਡੇ ਇਨਵਰਟਰ ਨਹੀਂ ਹੈਗਾ, ਤਾਂ ਉਹ ਕਹਿੰਦੇ ਤੁਸੀਂ ਪਾਵਰ ਬੈਂਕ ਨਾਲ ਅਸੀਂ ਚਲਾ ਸਕਦੇ ਹਾਂ। ਇਹ 4G ਤੇ ਚੱਲਣਾ ਪਹਿਲਾਂ, ਵੀ ਜੇ ਤੁਹਾਡੇ ਘਰ 'ਚ ਨਾ 5G ਲੱਗਾ ਹੋਇਆ ਤੁਸੀਂ ਉੱਥੇ ਲਾਉਂਦੇ ਰਹੋਗੇ, ਤੁਹਾਨੂੰ ਲੱਗੂਗਾ ਪਤਾ ਨਹੀਂ ਕੈਮਰਾ ਖਰਾਬ ਆ, ਹਨਾ, ਕਿਉਂਕਿ ਅਸੀਂ ਉਹ ਚੀਜ਼ ਕਰਕੇ ਦੇਖੀ, ਦੱਸਿਆ ਨਹੀਂ। ਕੈਮਰਾ ਖਰਾਬ ਨਹੀਂ ਹੁੰਦਾ, ਤੁਸੀਂ 4G ਤੇ ਕਰਿਓ, ਕਿਉਂਕਿ 4G ਨੂੰ ਹੀ ਚੱਕੂਗਾ। ਜਿੱਦਾਂ ਸਾਰਿਆਂ ਦੀ ਡਿਮਾਂਡ ਸੀ ਕਿ ਪਿੱਛੇ ਜੇ ਤੁਹਾਨੂੰ ਪਤਾ ਲੁਟੇਰੇ ਤੇ ਚੋਰ ਆ ਗਏ ਸੀਗੇ, ਉਹਨਾਂ ਤੋਂ ਬਚਣ ਲਈ ਅਸੀਂ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਲਗਵਾ ਲਿਆ ਆ CCTV ਕੈਮਰਾ। CCTV ਵਿੱਚ ਚਿੱਟਾ ਟੈਟੂ ਤੇਰਾ ਗਿਆ। ਟਾਈਮ ਬਹੁਤ ਹੋ ਚੁੱਕਾ, ਇੱਕ ਤਾਂ ਸਿਹਤ ਮੇਰੀ ਠੀਕ ਨਹੀਂ ਹੈਗੀ, ਉੱਪਰ ਦੀ ਹਵਾ ਬਿਲਕੁਲ ਨਹੀਂ, ਗਰਮੀ ਲੱਗਦੀ ਹੈ ਦਵਾਈਆਂ ਨਾਲ, ਤੇ ਫਿਰ ਉਹਨਾਂ ਗੈਲਰੀ 'ਚ ਬਿਠਾਇਆ ਜਾਂਦਾ ਨੇ, ਤੇ ਛੋਟਾ ਪੱਖਾ ਵੀ ਲਾ ਦਿੱਤਾ ਮੈਨੂੰ, ਹਨਾ ਨਿੰਦਰ ਨੇ? ਹਾਂਜੀ ਬਿਲਕੁਲ ਜੀ, ਐਪੀਸੋਡ ਨੂੰ ਜਿੱਦਾਂ ਮੈਨੂੰ ਗਰਮੀ ਲੱਗਦੀ, ਆਪਰੇਸ਼ਨ ਹੋਏ ਪੇਸ਼ੈਂਟ ਹੈ, ਮੇਤੋਂ ਗਰਮੀ ਨਹੀਂ ਚੱਲ ਹੁੰਦੀ, ਫਿਰ ਤੁਸੀਂ ਰੀਜ਼ਨ ਦੱਸੋ ਵੀ ਕੀ ਰੀਜ਼ਨ ਕਾਹਤੇ ਬੰਦ ਕੀਤਾ। ਸਾਰੇ ਜਣੇ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡਾ ਕੈਮਰਾ ਕਿੱਦਾਂ ਦਾ ਲੱਗਾ, ਬਹੁਤ ਵਧੀਆ ਨਿੰਦਰ ਜੀ ਦਾ ਛੋਟਾ ਜਿਹਾ ਕਿਊਟ ਜਿਹਾ, ਬਹੁਤ ਸੋਹਣਾ ਜੀ। ਤੇ ਫਿਰ ਹੁਣ ਕੋਈ ਟੈਨਸ਼ਨ ਨਹੀਂ, ਟੈਨਸ਼ਨ ਫਿਲਹਾਲ ਮਾੜਾ ਜਿਹਾ ਆਪਾਂ ਇਹਨਾਂ ਨੂੰ ਇੱਕ ਵਾਰੀ ਕੁਆਲਿਟੀ ਚੈੱਕ ਕਰਾ ਦਿੰਦੇ ਹਾਂ। ਲਾਈਟ ਤਾਂ ਗਈ ਹੋਈ ਹੈ, ਲਾਈਟ ਗਈ ਆ, ਕੋਈ ਨਹੀਂ ਫਿਰ ਵੀ ਚੱਲੂਗਾ। ਸੋ ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਆਪਣੇ ਹਨੇਰਾ ਵੀ ਹੋਇਆ ਪਿਆ ਆ, ਠੀਕ ਆ, ਤੇ ਘਰ ਦੇ ਵਿੱਚ ਲਾਈਟ ਵੀ ਹੈ ਨਹੀਂ, ਤੇ ਲਾਈਟ ਵੀ ਗਈ ਨੂੰ ਹੁਣ 2 ਘੰਟੇ ਹੋ ਗਏ ਆ। ਸੋ ਵੇਟ ਕਰਦੇ ਸੀਗੇ ਲਾਈਟ ਆ ਜਾਵੇ ਹਨਾ, ਤੇ ਪਰ ਆਈ ਨਹੀਂ ਹੈਗੀ, ਇਹ ਪੱਖਾ ਪੁੱਖਾ ਬੰਦ ਆ ਸਾਰਾ ਕੁਛ, ਬਾਕੀ ਹੁਣ ਦੇਖਦੇ ਹਾਂ, ਗਰਮੀਆਂ 'ਚ ਔਖਾ ਤਾਂ ਹੋ ਹੀ ਜਾਂਦਾ ਲਾਈਟ ਬਿਨਾਂ। ਅਤੇ ਬਸ ਅੱਜ ਆਪਾਂ ਪਹਿਲਾਂ ਗਏ ਹੋਏ ਸੀ ਬਾਹਰ ਥੋੜ੍ਹਾ ਹਨਾ, ਅਤੇ ਕੰਮ ਸੀ, ਉਹ 2-3 ਕੰਮ ਕੀਤੇ, ਫਿਰ ਕੰਮ ਕਰਦਿਆਂ ਨੂੰ, ਅਤੇ ਮੈਂ ਜਦੋਂ ਘਰ ਆਇਆ ਮੈਂ ਆਪਣਾ ਟੈਬ ਖੋਲ੍ਹਿਆ ਅਤੇ ਮੈਨੂੰ ਮੇਲਾਂ ਬਹੁਤ ਜ਼ਿਆਦਾ ਆਈਆਂ ਹੋਈਆਂ ਸੀ। ਵਿੱਚ ਪਿਆਰ ਕਰਨ ਵਾਲੇ ਆ ਹਨਾ, ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਆ, ਕੋਈ ਕਹਿੰਦਾ ਭਾਅ ਜੀ ਮੈਂ ਆਹ ਗਿਫਟ ਭੇਜਣਾ, ਕੋਈ ਕਹਿੰਦਾ ਮੈਂ ਤੁਹਾਡੇ ਲਈ ਆਹ ਬਣਾਇਆ ਹਨਾ, ਕਿਸੇ ਨੇ ਕੁਛ ਬਣਾਇਆ। ਐਕਿਆ ਭੈਣ ਉਹਨੇ ਪੇਂਟਿੰਗ ਬਣਾਈ ਆ ਸਾਡੀ, ਅਤੇ ਸੋ ਮੈਂ ਜ਼ਰੂਰ ਜਾਣੇ ਕਹਿ ਲਓ, ਪਰ ਮੈਂ ਇਹ ਕਹਿੰਦਾ ਹੈ ਤੁਸੀਂ ਪਲੀਜ਼, ਕੋਈ ਵੀ ਗਿਫਟ ਨਹੀਂ ਚਾਹੀਦਾ, ਕੋਈ ਕਿਸੇ ਤਰ੍ਹਾਂ ਦੀ ਚੀਜ਼ ਨਹੀਂ ਚਾਹੀਦੀ ਹੈਗੀ। ਮੈਨੂੰ ਪਤਾ ਆ ਤੁਸੀਂ ਪਿਆਰ ਕਰਦੇ ਆ, ਤੁਸੀਂ ਪਿਆਰ ਨਾ ਭੇਜਦੇ ਆ ਹਨਾ, ਇੱਕ ਜਿਹੜਾ ਕਹਿ ਲਓ ਕਿ ਇੱਕ ਉਹ ਮੈਨੂੰ, ਪਰ ਮੈਂ ਇਹ ਚਾਹੁੰਦਾ ਕਿ ਮੈਨੂੰ ਪਤਾ ਸ਼ੋਅ ਕਰਨ ਦੀ ਲੋੜ ਨਹੀਂ ਹੈਗੀ, ਮੈਨੂੰ ਪਤਾ ਮੇਰੇ ਸਬਸਕ੍ਰਾਈਬਰ ਸਾਨੂੰ ਦਿਲੋਂ ਪਿਆਰ ਕਰਦੇ ਆ, ਠੀਕ ਨਹੀਂ? ਜਿਹੜਾ ਮਿਲਦਾ ਹੈ ਉਹ ਇੱਦਾਂ ਇਵੇਂ ਮਿਲਦਾ ਜਿਹੜਾ ਕਿ ਮੈਨੂੰ ਪਹਿਲੀ ਵਾਰੀ ਨਹੀਂ ਮਿਲਿਆ ਹੁੰਦਾ, ਉਹ ਪਹਿਲਾਂ ਵੀ ਮੈਨੂੰ ਜਾਣਦੇ ਆ ਵੀ ਉਹ ਮੇਰਾ ਚਾਹੇ ਭਰਾ ਆ ਭੈਣ ਆ, ਵੀ ਕੋਈ ਰਿਸ਼ਤਾ ਆ ਉਹਨਾਂ ਨਾਲ, ਇੱਦਾਂ ਮਿਲਦੇ ਆ, ਕਿਉਂਕਿ ਮੈਂ ਨਹੀਂ ਅੱਜ ਤੱਕ ਕਦੇ ਵੀ ਦੇਖਿਆ, ਉੱਥੋਂ ਪਤਾ ਲੱਗ ਜਾਂਦਾ ਬੰਦੇ ਦਾ। ਸੋ ਚੀਜ਼ਾਂ ਨਾਲ ਜ਼ਿਆਦਾ ਨਹੀਂ ਹੁੰਦਾ ਹੈਗਾ, ਮੈਂ ਵਾਰ ਵਾਰ ਇਹੀ ਰਿਕੁਐਸਟ ਕਰਦਾ ਹੁੰਦਾ, ਮੈਨੂੰ ਪਤਾ ਤੁਸੀਂ ਪਿਆਰ ਕਰਦੇ ਆ, ਤੁਸੀਂ ਤਾਂ ਭੇਜਦੇ ਆ, ਠੀਕ ਆ, ਪਰ ਆਪਾਂ ਨੂੰ ਇੱਦਾਂ ਦੀ ਕੋਈ ਚੀਜ਼ ਚਾਹੀਦੀ ਨਹੀਂ ਹੈਗੀ। ਪਲੀਜ਼ ਹੱਥ ਜੋੜ ਕੇ ਬੇਨਤੀ ਆ, ਸਮਾਂ ਮੈਂ ਤਾਂ ਪਹਿਲਾਂ ਵੀ ਕੁਛ ਚੀਜ਼ਾਂ ਪਈਆਂ ਸੀ ਜਿਹੜੀਆਂ ਜਿੱਥੇ ਲੋੜ ਸੀ ਕਿਸੇ ਦੇ ਕੰਮ ਆ ਜਾਵੇ ਹਨਾ, ਉੱਥੇ ਦਿੱਤੀਆਂ। ਸੋ ਰਿਕੁਐਸਟ ਆ,
ਆਪਾਂ ਇੰਨੀਆਂ ਕਿੱਥੇ ਰੱਖਾਂਗੇ ਹੈ ਨਾ। ਅਤੇ ਬਾਕੀ ਹੁਣ ਤੁਹਾਨੂੰ ਮੈਂ ਰੁਪਿੰਦਰ ਦੇ ਨਾਲ ਵੀ ਮਿਲਾਉਂਦਾ ਹਾਂ ਅਤੇ ਆ ਜਾਓ ਲਓ ਜੀ ਰੁਪਿੰਦਰ ਜੁਕਾਮ ਕਰਕੇ ਅੱਖਾਂ ਚੋਂ ਪਾਣੀ ਨਿਕਲ ਰਿਹਾ ਆ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਦਵਾਈ ਖਾਣੀ ਆ, ਰੋਟੀ ਖਾ ਕੇ ਹਟੇ ਹਾਂ, ਸਿਹਤ ਥੋੜ੍ਹੀ ਇੱਦਾਂ ਹੀ ਆ ਹੈ ਨਾ। ਅਤੇ ਲਾਈਟ ਹੈਗੀ ਬਹੁਤ, ਇੱਕ ਘੰਟਾ ਹੀ ਹੋ ਗਿਆ ਲਾਈਟ ਗਈ ਨੂੰ, ਮੇਰੀ ਬਾਜੀ ਕਿੰਨੀ ਚੇਂਜ ਹੋਈ ਆ, ਹਾਏ ਹਾਏ ਬਾਹਰੋਂ ਕਿੰਨੀਆਂ ਬਾਜਾਂ ਆਉਂਦੀਆਂ। ਪਰ ਲਾਈਟ ਅਵੇਲੇਬਲ ਹੈ ਨਹੀਂ ਕਿ ਸਾਹਮਣੇ ਬਿਲਡਿੰਗ ਵਿੱਚ ਹੈਗੀ ਆ, ਸਾਡੀ ਬਿਲਡਿੰਗ 'ਚ ਪਤਾ ਨਹੀਂ ਕਦੇ ਨਹੀਂ ਹੈਗੀ, ਬਹੁਤ ਜ਼ਿਆਦਾ ਗਰਮੀ ਲੱਗਦੀ ਸੀ। ਪਹਿਲਾਂ ਤਾਂ ਮੈਂ ਗੈਲਰੀ ਵਿੱਚ ਹੀ ਬੈਠੀ ਸੀ, ਨਿੰਦਰ ਨੇ ਉੱਥੇ ਪੱਖਾ ਲਾਤਾ ਕਿਉਂਕਿ ਦਵਾਈਆਂ ਨਾਲ ਘਬਰਾਹਟ ਹੁੰਦੀ ਬਹੁਤ ਜ਼ਿਆਦਾ ਹੈ ਨਾ। ਅਤੇ ਨਿੰਦਰ ਗਿਆ ਸੀਗਾ ਬਾਹਰ, ਥੋੜ੍ਹੇ ਜਿਹੇ ਮੇਰੀਆਂ ਦਵਾਈਆਂ ਖਤਮ ਹੋਈਆਂ ਸੀ, ਡਰੋਪਸ ਵਗੈਰਾ ਅਤੇ ਹੋਰ ਖਾਣ ਵਾਲੀਆਂ ਉਹ ਲੈ ਕੇ ਆਉਂਦੀਆਂ। ਅਤੇ ਹੁਣ ਆਪਾਂ ਰੋਟੀ ਰੋਟੀ ਖਾ ਕੇ ਹਟੇ ਹਾਂ, ਲਾਈਟ ਦੀ ਵੇਟ ਕਰਦੇ ਹਾਂ। ਆਪਾਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਆ, ਇੱਕ ਬਹੁਤ ਵਧੀਆ ਚੀਜ਼ ਜਿਹਦੀ ਬਹੁਤ ਨੀਡ ਸੀ ਆਪਾਂ ਨੂੰ ਘਰ ਵਿੱਚ, ਉਹ ਆਪਾਂ ਚੀਜ਼ ਲੈ ਆਉਂਦੀ ਆ, ਉਹ ਲਵਾ ਲਈ ਆ ਸਾਰਿਆਂ ਦੀ ਡਿਮਾਂਡ 'ਤੇ। ਤੁਸੀਂ ਪਿੱਛੇ ਜਿਹਾ ਬਹੁਤ ਡਿਮਾਂਡ ਕੀਤੀ ਸੀਗੀ ਉਹ ਚੀਜ਼ ਲਵਾਓ ਲਵਾਓ ਲਵਾਓ, ਜਦ ਤੱਕ ਤੁਸੀਂ ਗੈਸ ਕਰੋ ਵੀ ਕੀ ਹੋ ਸਕਦੀ ਹੈ, ਬਹੁਤ ਹੀ ਜ਼ਰੂਰਤ ਸੀ। ਅਤੇ ਉਹਦੇ ਬਾਰੇ ਪੂਰੀ ਡਿਟੇਲ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ, ਬਲੌਗ ਨਾਲ ਬਣੇ ਰਹੋ। ਜੇ ਲਾਈਟ ਨਾ ਆਈ ਤਾਂ ਫਿਰ ਵੀ ਦੱਸਣਾ ਪੈਣਾ, ਵੈਸੇ ਅਸੀਂ ਲਾਈਟ ਦੀ ਵੇਟ ਕਰਦੇ ਹਾਂ ਕਿ ਲਾਈਟ ਦੀ ਵੇਟ ਆ ਜਾਵੇ, ਲਾਈਟ ਆ ਜਾਵੇ ਤਾਂ ਜ਼ਿਆਦਾ ਬਿਹਤਰ ਤਰੀਕੇ ਨਾਲ ਦੱਸਿਆ ਜਾ ਸਕਦਾ। ਮੈਂ ਬਸ ਹੁਣ ਦਵਾਈ ਖਾਣੀ ਆ, ਸਿਹਤ ਮੇਰੀ ਹਿੱਦੀ ਆ, ਹਜੇ ਪ੍ਰੋਪਰ ਠੀਕ ਨਹੀਂ ਹੈਗੀ। ਬਾਕੀ ਦਵਾਈ ਲੈ ਕੇ ਆਉਂਦੀ ਸੀ, ਡਾਕਟਰ ਨੇ ਚੇਂਜ ਕਰਕੇ ਦਿੱਤੀ ਆ ਦਵਾਈ, ਅਤੇ ਹਜੇ ਉਹਨਾਂ ਨੇ ਹਜੇ ਕੁਛ ਨਹੀਂ ਦੱਸਿਆ। ਉਹ ਕਹਿੰਦੇ ਹੋਰ 2-4 ਦਿਨ ਦੀ ਖਾ ਕੇ ਦੇਖੋ, ਜੇ ਨਹੀਂ ਫਰਕ ਦਿਖਦਾ ਤਾਂ ਫਿਰ ਬਲੱਡ ਟੈਸਟ ਕਰਾਂਗੇ, ਹੈ ਨਾ ਨਿੰਦਰ? ਹਾਂਜੀ, ਬਲੱਡ ਟੈਸਟ ਹੋਣੇ, ਫਿਰ ਪਹਿਲਾਂ ਵੀ ਕਰਾਏ ਜਾਂ ਬਸ ਅੱਜ ਇੱਕ ਦਵਾਈ ਆ ਜ਼ਿਆਦਾ ਖਾਣ ਨਾਲ ਮੇਰਾ ਬੀਪੀ ਵੀ 130 ਹੋ ਗਿਆ ਸੀ, ਡਾਕਟਰ ਕਹਿੰਦੇ ਬੀਪੀ ਹਾਈ ਆ। ਅੱਜ ਬੀਪੀ ਵਧ ਗਿਆ, ਅਸੀਂ ਵੀ ਉਹ ਲੈਣ ਚਲੇ ਗਏ ਸੀ, ਕੀ ਕਹਿੰਦੇ ਉਹਨੂੰ, ਆਕਸੀਮੀਟਰ। ਆਕਸੀਮੀਟਰ ਤੇ ਪਰ ਉਹਨਾਂ ਨੇ ਦੱਸਿਆ ਵੀ ਆਕਸੀਮੀਟਰ ਦਾ ਕੋਈ ਫਾਇਦਾ ਨਹੀਂ ਹੈਗਾ, ਜੋ ਉਹਨਾਂ ਨੇ ਘੜੀ ਵੀ ਉਹੀ ਕੰਮ ਕਰਦੀ ਆ। ਹਾਂ, ਉਹਨਾਂ ਨੇ ਦੱਸਿਆ ਮੈਡੀਕਲ ਵਾਲਿਆਂ ਨੇ ਵੀ ਬਹੁਤ ਜ਼ਿਆਦਾ ਜਿਹੜੀ ਇਹ ਕਾਪੀ ਵਾਲੀ ਇਹ ਤੇ ਆਕਸੀਮੀਟਰ ਸੇਮ ਕੰਮ ਕਰਦੇ ਆ, ਵੀ ਤੁਸੀਂ ਬਲੱਡ ਵਾਲਾ ਚੈੱਕ ਕਰ ਸਕਦੇ ਮਸ਼ੀਨ ਲਾ ਕੇ ਕਿ ਬੀਪੀ ਮੇਰਾ ਵੱਧ ਜਾਂਦਾ ਹੈ। ਦਵਾਈਆਂ ਦਵਾਈਆਂ ਖਾਣ ਦੇ ਨਾਲ ਘਬਰਾਹਟ ਵੀ ਬਹੁਤ ਹੁੰਦੀ ਆ, ਤੇ ਇੱਕ ਕਮਰਾ ਵੀ ਹੈ ਜ਼ਿਆਦਾ ਤਪਦਾ ਆ ਕਿਉਂਕਿ ਸੈਕਿੰਡ ਫਲੋਰ ਤੇ। ਕਮੈਂਟ ਆਇਆ ਸੀ, ਇੱਕ ਆਇਆ ਕਮੈਂਟ, ਲੈ ਉਦਾਂ ਕਹਿੰਦੇ ਇੱਦਾਂ ਐਪਲ ਦੀ ਵਾਚ ਲਾਈ ਆ, ਕਹਿੰਦੇ ਲੱਖ ਦੀ ਘੜੀ ਲਾਈ ਆ, ਮੈਂ ਕਿਹਾ 10 ਲੱਖ ਦੀ। ਓ ਵਾਓ, ਚਲੋ ਤੁਹਾਡਾ ਮੂੰਹ ਬਖਤਾਵਰ ਹੋਵੇ, ਤੁਹਾਡੇ ਮੂੰਹ ਚ ਲਾਵਾਂਗੇ ਜ਼ਰੂਰ, 1 ਲੱਖ ਦੀ ਵੀ ਮੈਂ ਲਾਵਾਂ। ਚਲੋ ਵਧੀਆ ਗੱਲ ਆ, ਵਧੀਆ ਬੋਲੋ ਬੋਲੇ, 1 ਲੱਖ ਦੀ ਵੀ ਲਾਉਂਗੀ, ਜ਼ਰੂਰ ਲਾਉਂਗੀ। ਚਲੋ ਜੀ, ਤੁਸੀਂ 1 ਲੱਖ ਦੀ ਮੰਨ ਲਓ ਜੇ ਮੰਨਣੀ ਆ। ਕਹਿੰਦੇ ਹੁੰਦੇ ਆਪਣੇ ਲਈ ਹਮੇਸ਼ਾ ਵਧੀਆ ਸ਼ਬਦ ਹੀ ਕੱਢਣਾ ਚਾਹੀਦਾ, ਵਧੀਆ ਕੱਢਣੇ ਚਾਹੀਦੇ ਆ। ਸਹੀ ਗੱਲ ਆ, ਸੋ ਜਿਹਨੇ ਵੀ ਬੋਲਿਆ ਆ, ਚਲੋ ਕੋਈ ਨਹੀਂ ਭਰਾ, ਤੇਰਾ ਮੂੰਹ ਬਖਤਾਵਰ ਹੋਵੇ, ਠੀਕ ਆ। ਸੋ ਅਸੀਂ ਨਹੀਂ ਕੁਛ ਵੀ ਕਹਿੰਦੇ, ਹਾਂ 1 ਲੱਖ ਦੀ ਆ ਤਾਂ 1 ਲੱਖ ਦੀ ਸਹੀ। ਹਾਂਜੀ, ਤੇ ਹੁਣ ਬਸ ਆਪਾਂ ਲਾਈਟ ਦੀ ਵੇਟ ਕਰਦੇ, ਫਿਰ ਉਹ ਚੀਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ। ਤੇ 1-2 ਦਿਨੇ ਹੋਏ ਆ ਉਹਨਾਂ ਨੂੰ ਲਵਾਈ ਨੂੰ, ਹੈ ਨਾ ਨਿੰਦਰ? ਆਪਾਂ ਆਪਣੀ ਸਿਹਤ ਬਹੁਤ ਜ਼ਿਆਦਾ ਖਰਾਬ ਕਰਕੇ ਉਹ ਚੀਜ਼ ਤੁਹਾਨੂੰ ਦੱਸ ਨਹੀਂ ਹੋਈ, ਪਰ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਪੂਰਾ ਉਹਦਾ ਟ੍ਰਾਇਲ ਵੀ ਕਰਾ ਕੇ ਦਿਖਾਉਂਦੇ ਹਾਂ। ਮੈਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਲਾਇਆ ਸੀ, ਤੇ ਚਲੋ ਤੁਸੀਂ ਵਲੌਗ ਨਾਲ ਬਣੇ ਰਹੋ, ਦੱਸ ਦਿਓ ਲਾਈਟ ਆ ਜਾਵੇ ਤਾਂ ਵਧੀਆ ਨਾ। ਹਾਂਜੀ ਬਿਲਕੁਲ ਜੀ ਬਿਲਕੁਲ, ਸੋ ਲਾਈਟ ਆ ਜਾਵੇ ਤਾਂ ਜ਼ਿਆਦਾ ਵਧੀਆ ਆ, ਠੀਕ ਆ। ਤੇ ਬਸ ਮੈਂ ਰਿਕੁਐਸਟ ਕੀਤੀ ਸੀ, ਸੋ ਮੈਂ ਇੱਕ ਵਾਰੀ ਫੇਰ ਰਿਕੁਐਸਟ ਕਰਦਾ ਆ, ਠੀਕ ਆ। ਜਿਹਨੇ ਵੀ ਮਿਲਣਾ ਭਰਾ ਚਾਹੇ ਭੈਣ ਆ, ਤੁਸੀਂ ਉੱਦਾਂ ਮਿਲਣ ਆਓ, ਠੀਕ ਆ। ਪਲੀਜ਼ ਪਲੀਜ਼ ਗਿਫਟ ਨਾ ਲੈ ਕੇ ਆਓ। ਪਹਿਲਾਂ ਮੈਨੂੰ 1-2 ਮਿਲੇ, ਮੈਂ ਉਹਨਾਂ ਨੂੰ ਮਨਾ ਕੀਤਾ, ਉਹ ਇੰਨਾ ਜ਼ੋਰ ਲਾਇਆ ਉਹਨਾਂ ਨੇ, ਨਹੀਂ ਲੈ ਭਾਜੀ ਲੈ, ਮੈਂ ਕਿਹਾ ਨਹੀਂ ਮੈਂ ਚੀਜ਼ ਨਹੀਂ ਕੋਈ ਵੀ ਲੈਣੀ ਹੈਗੀ, ਹੈ ਨਾ। ਸੋ ਤੁਹਾਡਾ ਪਿਆਰ ਆ, ਤੁਸੀਂ ਕਰਦੇ ਆ, ਸੋ ਉੱਦਾਂ ਆਇਆ ਕਰੋ, ਕੋਈ ਚੀਜ਼ ਨਾ ਭੇਜਿਓ ਨਾ ਪਾਰਸਲ ਕਰਿਓ, ਪਲੀਜ਼ ਰਿਕੁਐਸਟ ਆ। ਸੋ ਚਲੋ ਬਣੇ ਰਹੋ ਵਲੌਗ ਦਾ। ਟਾਈਮ ਬਹੁਤ ਹੋ ਚੁੱਕਾ, 1 ਤਾਂ ਸਿਹਤ ਮੇਰੀ ਠੀਕ ਨਹੀਂ ਹੈਗੀ, ਉੱਪਰ ਦੀ ਹਵਾ ਬਿਲਕੁਲ ਨਹੀਂ, ਗਰਮੀ ਲੱਗਦੀ ਹੈ ਦਵਾਈਆਂ ਨਾਲ,
ਤੇ ਫਿਰ ਉਹਨਾਂ ਗੈਲਰੀ ਚ ਬਿਠਾਇਆ ਨਿੰਦਰ ਨੇ ਤੇ ਛੋਟਾ ਪੱਖਾ ਵੀ ਲਾ ਦਿੱਤਾ ਮੈਨੂੰ ਹਨਾ ਨਿੰਦਰ ਨੇ। ਹਾਂਜੀ ਬਿਲਕੁਲ ਜੀ, ਐਪੀਸੋਡ ਉਹਨਾਂ ਨੂੰ ਜਿੱਦਾਂ ਹੋ ਸਕਦਾ ਮੈਂ ਪੱਖਾ ਲਾਇਆ, ਇੱਕ ਮਿੰਟ ਪੱਖਾ ਲਗਾ ਦਵਾਂ। ਆ ਤੁਸੀਂ ਦੇਖ ਰਹੇ ਹੋਣੇ ਆ ਉਹ ਤੇ ਪੱਖਾ ਲੱਗਾ, ਸੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਇਸੇ ਕਰਕੇ ਆਪਾਂ ਇਹ ਹੁਣ ਬੁੱਤਾਂ ਦਾ ਲਾਉਣਾ ਹੀ ਸੀ, ਠੀਕ ਆ, ਸੋ ਪੱਖਾ ਲਾ ਦਿੱਤਾ ਆ, ਲਓ ਜੀ। ਤੇ ਬਾਕੀ ਸਾਰੀ ਬਿਲਡਿੰਗ 'ਚ ਸਾਡੀ 'ਚ ਲਾਈਟ ਹੈ ਨਹੀਂ, ਬਾਕੀ ਸਾਰੇ ਪਾਸੇ ਆ, ਮੈਨੂੰ ਪੱਕਾ ਪਤਾ ਸਾਡੀ ਬਿਲਡਿੰਗ ਖਰਾਬ ਹੋ ਗਈ, ਇਹ ਵੀ ਮਕਾਨ ਮਾਲਕ ਨੂੰ ਫੋਨ ਕਰਨਾ ਪੈਣਾ। ਸੋ ਔਖਾ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਗਰਮੀ ਕਿਹੜਾ ਥੋੜ੍ਹੀ ਆ, ਸੋ ਬਹੁਤ ਜ਼ਿਆਦਾ ਗਰਮੀ ਆ, ਅਤੇ ਇਸੇ ਕਰਕੇ ਹੁਣ ਆ ਪੱਖਾ ਲਾਇਆ ਛੋਟਾ ਜਿਹਾ, ਚਲੋ ਇੱਕ ਸੌ ਟਾਈਮ ਪਾਸ ਹੋ ਜਾਂਦਾ। ਕਿਉਂਕਿ ਹੁਣ ਤਾਂ ਗਾਹਾਂ ਜ਼ਿਆਦਾ ਗਰਮੀ ਹੋਣੀ, ਜੂਨ ਜੁਲਾਈ ਮੈਨੂੰ ਗਰਮੀ ਲੱਗਦੀ ਆ, ਪ੍ਰੈਸ਼ਰ ਹੋਏ ਪੇਸ਼ੈਂਟ ਹੈ, ਮੇਤੋਂ ਗਰਮੀ ਨਹੀਂ ਚੱਲ ਹੁੰਦੀ। ਬਟ ਅਜੇ ਹੁਣ ਇੰਨੀ ਗਰਮੀ ਆ, ਅਸੀਂ ਵੀ ਇੱਥੇ ਬੈਠੇ ਹਾਂ, ਸਾਰੇ ਸਾਡੇ ਕਿਰਾਏਦਾਰ ਕੋਈ ਹੈ ਨਾ ਗਲੀ 'ਚ ਘੁੰਮਦਾ, ਕੋਈ ਪੌੜੀਆਂ 'ਚ ਬੈਠਾ, ਕੋਈ ਬੱਚਿਆਂ ਵਾਲਾ ਆ, ਕੋਈ ਉੱਡਾ ਬਜ਼ੁਰਗ ਹੈ ਹਨਾ, ਅਤੇ ਔਖਾ ਹੋ ਜਾਂਦਾ ਆ, ਬਹੁਤ ਜ਼ਿਆਦਾ ਮੁਸ਼ਕਲ ਹੋਇਆ ਆ। ਸੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਆਪਾਂ ਲਾਈਟ ਜੀ ਜਿਹੜੀ ਆ ਸੈੱਟ ਕਰਕੇ ਸਾਹਮਣੇ ਲਾ ਲਈਏ, ਕਿਉਂਕਿ ਤੁਹਾਡੇ ਭਰਾ ਦਾ ਚਿਹਰਾ ਜਿਹੜਾ ਜ਼ਿਆਦਾ ਵਧੀਆ ਆ ਜਾਵੇ। ਅਤੇ ਲਓ ਜੀ, ਅੱਜ ਆਪਾਂ ਤੁਹਾਡੇ ਨਾਲ ਗੱਲ ਕਰਨੀ ਸੀ, ਅੱਜ ਆਪਾਂ ਇੱਕ ਐਸੀ ਚੀਜ਼ ਲੈ ਕੇ ਆਉਂਦੀ ਆ, ਠੀਕ ਹੈ, ਤੁਹਾਡੀ ਡਿਮਾਂਡ 'ਤੇ, ਜੋ ਕਿ ਸਾਡੇ ਸਬਸਕ੍ਰਾਈਬਰ ਸਾਨੂੰ ਕਹਿ ਰਹੇ ਸੀਗੇ, ਕਿਉਂਕਿ ਮੈਂ ਕੋਈ ਵੀ ਕੰਮ ਕਰਦਾ ਹਾਂ, ਸ਼ਾਇਦ ਮੈਂ ਕਿਸੇ ਦੀ ਹੋਰ ਨਾ ਮੰਨਾਂ ਕਦੇ ਨਾ ਮੰਨਦਾ, ਪਰ ਮੈਨੂੰ ਜਿਹੜੇ ਮੇਰੇ ਸਬਸਕ੍ਰਾਈਬਰ ਆ ਅਸੀਂ ਉਹਨਾਂ ਦੀ ਗੱਲ ਜ਼ਰੂਰ ਮੰਨ ਲੈਂਦੇ ਹਾਂ, ਠੀਕ ਆ, ਅਤੇ ਮੰਨਣੀ ਚਾਹੀਦੀ ਵੀ ਆ, ਉਹ ਸਾਨੂੰ ਦੇਖਦੇ ਆ, ਠੀਕ ਆ, ਅਤੇ ਉਹ ਸਲਾਹ ਦਿੰਦੇ ਆ, ਅਤੇ ਮੇਰੇ ਸਬਸਕ੍ਰਾਈਬਰ ਮੈਨੂੰ ਜੋ ਵੀ ਕਹਿੰਦੇ ਚੰਗਾ ਮਾੜਾ, ਜਿੱਥੇ ਗਲਤੀ ਹੁੰਦੀ ਆ ਮੈਂ ਉਹ ਵੀ ਉਹਨਾਂ ਨੂੰ ਕਹਿੰਦਾ ਮੈਨੂੰ ਦੱਸੋ, ਠੀਕ ਆ, ਅਤੇ ਉਹਨਾਂ ਦੀ ਉਹ ਵੀ ਮੰਨਦਾ ਹਾਂ। ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਸਤਿ ਸ਼੍ਰੀ ਅਕਾਲ ਤਾਂ ਬੁਲਾਉਂਦਾ ਕਿਉਂਕਿ ਪਹਿਲਾਂ ਮੈਂ ਬੁਲਾਈ ਨਹੀਂ ਹੈਗੀ, ਠੀਕ ਆ, ਅਤੇ ਆਹ ਦੇਖੋ ਜੀ, ਅੱਜ ਆਪਾਂ ਲੈ ਕੇ ਆਏ ਹਾਂ ਕਿਊਬੋ ਦਾ ਕੈਮਰਾ, ਠੀਕ ਆ। ਇਹ ਕਿਊਬੋ ਦਾ ਕੈਮਰਾ ਇਹ ਇੱਕ ਐਸੀ ਚੀਜ਼ ਆ, ਇਹਦੇ ਕੀ ਫਾਇਦੇ ਆ, ਠੀਕ ਆ, ਅਤੇ ਇਹ ਕੀ ਕੰਮ ਕਰਦਾ ਆ, ਅਤੇ ਇਹਦਾ ਕੀ ਫਾਇਦਾ ਆ, ਫਿਰ ਹੋਰ ਵੀ ਦੱਸਦਾ ਇਹਦੇ ਵਿੱਚ ਕੀ ਫੰਕਸ਼ਨ ਆ। ਇਹ ਇੱਕ ਆਮ ਕੈਮਰਾ ਨਹੀਂ ਹੈਗਾ, ਠੀਕ ਆ, ਜਿਵੇਂ ਇੱਕ ਕੈਮਰੇ ਹੁੰਦੇ ਆ ਕਿ ਇਕੱਲੀ ਵੀਡੀਓ ਬਣਾਈ, ਠੀਕ ਆ, ਉਹ ਵੀ ਪਤਾ ਨਹੀਂ ਲੱਗਣਾ ਕੌਣ ਹੈਗਾ ਕੌਣ ਨਹੀਂ, ਇਹ ਇੱਕ ਇੱਦਾਂ ਦਾ ਕੈਮਰਾ ਨਹੀਂ ਹੈਗਾ। ਸੋ ਇਹ ਕੈਮਰਾ ਉਹ ਕੈਮਰਾ ਆ ਜਿਹਦੇ ਵਿੱਚ ਜ਼ੂਮਿੰਗ ਤੋਂ ਲੈ ਕੇ ਰਿਕਾਰਡਿੰਗ ਤੋਂ ਲੈ ਕੇ ਆਵਾਜ਼ ਵੀ ਇੰਨੀ ਕਲੀਅਰ ਅਤੇ ਐਚ ਡੀ, ਇੱਥੋਂ ਤੱਕ ਕੀ ਆ ਆਪਾਂ ਬੋਲ ਸਕਦੇ ਹਾਂ, ਗੱਲਾਂ ਕਰ ਸਕਦੇ ਹਾਂ, ਕੋਈ ਆਉਂਦਾ ਵੀ ਆ ਅਤੇ ਆਪਾਂ ਉੱਥੋਂ ਬੈਠੇ ਹਾਂ ਨਾ ਉੱਥੋਂ ਬੋਲ ਸਕਦੇ ਹਾਂ, ਠੀਕ ਆ, ਅਤੇ ਇੱਧਰਲੀ ਆਵਾਜ਼ ਉੱਧਰ ਜਾਣੀ ਆ ਤਾਂ ਉੱਧਰੋਂ ਬੋਲ ਵੀ ਸਕਦੇ ਹਾਂ, ਉਹ ਵੀ ਸਪੀਕਰ ਲੱਗੇ ਹੋਏ ਆ, ਅਤੇ ਇੱਥੋਂ ਤੱਕ ਕੀ ਆ ਇੱਕ ਇਹਦੇ ਵਿੱਚ ਬਹੁਤ ਵੱਡਾ ਫੰਕਸ਼ਨ ਆ ਜੋ ਕਿ ਪਹਿਲਾਂ ਹਰ ਇੱਕ ਪਹਿਲਾਂ ਪੁਰਾਣੇ ਕੈਮਰਿਆਂ ਦੇ ਵਿੱਚ ਨਹੀਂ ਸੀ ਆਉਂਦਾ। ਸੋ ਉਹ ਇਸ ਕੈਮਰੇ ਦੇ ਵਿੱਚ ਫੰਕਸ਼ਨ ਆ, ਅਤੇ ਆ ਜਾਓ ਆਪਾਂ ਇਹਨੂੰ ਓਪਨ ਕਰੀਏ ਅਤੇ ਨਾਲ ਨਾਲ ਤੁਹਾਨੂੰ ਫੰਕਸ਼ਨ ਦੱਸਦੇ ਹਾਂ। ਸਭ ਤੋਂ ਪਹਿਲਾਂ ਕੈਮਰੇ ਦੀ ਲੁੱਕ ਚੈੱਕ ਕਰਦੇ ਹਾਂ, ਦੇਖੋ ਜੀ, ਨਾਲ ਇੱਕ ਹੈਗੀ ਆ ਸਭ ਤੋਂ ਵੱਡੀ ਗੱਲ, ਇੱਕ ਡਾਟਾ ਕੇਬਲ, ਠੀਕ ਆ, ਚੱਕੋ, ਅਤੇ ਫਿਰ ਆਪਾਂ ਨੂੰ ਕੁਛ ਬਿਲਿੰਗ ਮਿਲੀ ਸੀ, ਅਤੇ ਆਹ ਬਿੱਲ ਆ, ਇਹਦੀ ਮੈਂ ਗਰੰਟੀ ਵਰੰਟੀ ਤੁਹਾਨੂੰ ਸਾਰੀ ਦੱਸ ਦਿੰਦਾ ਜੀ, ਪੂਰੇ ਇੱਕ ਸਾਲ ਦੀ ਗਰੰਟੀ ਆ, ਠੀਕ ਆ, ਅਤੇ ਬਾਕੀ ਕੋਈ ਪ੍ਰੋਬਲਮ ਨਾ ਹੀ ਪਵੇ ਤਾਂ ਵਧੀਆ ਗੱਲ ਆ। ਵੈਸੇ ਇਹ ਕਹਿੰਦੇ ਸਿੱਧਾ ਵਾਪਸ ਹੋ ਜਾਂਦਾ, ਕੋਈ ਜ਼ਿਆਦਾ ਜੱਬ ਖਾਂਦਾ ਨਹੀਂ ਹੈਗਾ, ਅਤੇ ਇਹ ਮੈਂ ਲੋਕਲ ਮਾਰਕੀਟ ਤੋਂ ਲਿਆ ਆ, ਠੀਕ ਆ ਜੀ, 22 Sector 20 ਤੋਂ, ਅਤੇ ਮੈਂ ਔਨਲਾਈਨ ਨਹੀਂ ਮੰਗਵਾਇਆ ਸੀਗਾ, ਅਤੇ ਔਨਲਾਈਨ ਤਾਂ ਨਹੀਂ ਮੰਗਵਾਇਆ ਮੈਨੂੰ ਸੀ, ਮੈਂ ਦੇਖ ਕੇ ਲਿਆਵਾਂ, ਮੈਂ ਫੰਕਸ਼ਨ ਦੇਖਾਂ, ਕਿਉਂਕਿ ਬਹੁਤ ਸਾਰੇ ਕੈਮਰਿਆਂ ਦੇ ਵਿੱਚ ਫਿਊਚਰ ਆਉਂਦੇ ਆ, ਕਿਸੇ 'ਚ ਕੁਛ ਨਹੀਂ ਹੁੰਦਾ, ਕਿਸੇ 'ਚ ਕੋਈ ਚੀਜ਼ ਨਹੀਂ ਆਉਂਦੀ ਹੈਗੀ, ਠੀਕ ਆ, ਜਿਵੇਂ ਕਿ ਇਹਦੇ ਵਿੱਚ ਸਪੀਕਰ ਆ, ਉੱਥੋਂ ਬੋਲ ਸਕਦੇ ਹਾਂ, ਡਰਾ ਸਕਦੇ ਹਾਂ ਕਿਸੇ ਚੋਰ ਨੂੰ, ਅਤੇ ਫਿਰ ਇਹ ਦੱਸਦਾ ਆ ਸਭ ਤੋਂ ਵੱਡੀ ਗੱਲ ਜਿਹੜਾ ਫੰਕਸ਼ਨ ਇਹਦੇ ਵਿੱਚ ਆ ਉਹ ਇਹ ਆ, ਜਦੋਂ ਵੀ ਕੋਈ ਇਹਦੇ ਸਾਹਮਣੇ ਆਊਗਾ ਤਾਂ ਇਹ ਦੱਸ ਦੂਗਾ 1 Person, ਠੀਕ ਆ, ਯਾਨੀ ਕਿ ਵੀ ਉਹਨੂੰ ਆਪਾਂ ਇੱਥੇ ਕੋਈ ਆਇਆ ਆ, ਜਦੋਂ ਵੀ ਮੂਹਰੇ ਕੋਈ ਆਉਂਦਾ ਆ ਅਤੇ ਉਦੋਂ ਇਹ ਦੱਸੂਗਾ। ਆਹ ਦੇਖੋ ਕੈਮਰੇ ਦੀ ਲੁੱਕ, ਇਹ ਕੈਮਰਾ ਇਵੇਂ ਸੈਰ ਘੁੰਮਾਉਂਦਾ ਆ, ਦੇਖੋ ਪੂਰਾ ਕਵਰ ਕਰਦਾ, ਤੁਸੀਂ ਇਹਦਾ ਸੈਰ ਦੇਖੋ, ਇਹਦਾ ਘੁੰਮਣ ਵਾਲਾ ਦੇਖੋ, ਯਾਨੀ ਕਿ ਮੈਂ ਇੰਨਾ ਦੱਸ ਦੱਸਦਾ, ਜਿਵੇਂ ਆਪਾਂ ਧੌਣ ਪਿੱਛੋਂ ਤੱਕ ਇੱਦਾਂ ਘੁੰਮਾਉਂਦੇ ਹਾਂ ਨਾ, ਪੂਰੀ ਧੌਣ ਵਾਲਾ ਕੰਮ ਆ, ਇੱਦਾਂ ਆਪਾਂ ਅੱਖਾਂ ਦੇ ਨਾਲ ਬੈਕ ਸਾਰਾ ਦੇਖ ਸਕਦੇ ਹਾਂ, ਇਵੇਂ ਇਹ ਦਿਖਾਉਂਦਾ।
ਫਿਰ ਇਹਦਾ ਆਹ ਚੀਜ਼ ਦੇਖੋ, ਆਦੇ ਅਪ ਡਾਊਨ। ਸੋ ਬਹੁਤ ਜ਼ਿਆਦਾ ਵਧੀਆ ਕੈਮਰਾ ਆਇਆ, ਮੈਂ ਚੈੱਕ ਕਰਕੇ ਲਿਆਇਆ ਆ, ਤੁਹਾਨੂੰ ਕੈਮਰੇ ਦੀ ਕੁਆਲਿਟੀ ਦਿਖਾਉਂਦਾ ਆ, ਠੀਕ ਆ। ਅਤੇ ਚਲੋ ਆ ਜਾਓ ਕੈਮਰੇ ਦੀ ਕੁਆਲਿਟੀ, ਹੋਰ ਇਹਦੇ ਵਿੱਚ ਕੁਛ ਨਹੀਂ ਹੈਗਾ ਜ਼ਿਆਦਾ, ਬਸ ਇਹਦੇ ਵਿੱਚ ਇੱਕ ਦੋ ਸਟੀਕਰ ਆ ਅਤੇ ਬਾਕੀ ਥੋੜ੍ਹਾ ਜਿਹਾ ਸਮਾਨ ਮਿਲਿਆ ਆ, ਜਿਵੇਂ ਕਿ ਇਹ ਲੱਗਣਾ ਆ ਨਟ ਨੁਟ ਨਟ ਬੋਲਟ ਆ, ਠੀਕ ਆ, ਇਹ ਐਵੇਂ ਲੱਗਣਾ, ਐਵੇਂ ਲਾ ਸਕਦੇ ਹਾਂ, ਅਤੇ ਜਾਂ ਆਪਾਂ ਐਵੇਂ ਵੀ ਲਾ ਸਕਦੇ ਹਾਂ ਅਤੇ ਇਹਨੂੰ ਇੱਦਾਂ ਰੱਖ ਵੀ ਸਕਦੇ ਹਾਂ। ਸੋ ਆ ਜਾਓ ਤੁਸੀਂ, ਹਰ ਕੋਈ ਆਪਣੇ ਘਰ ਦੇ ਵਿੱਚ ਕੈਮਰੇ ਅੱਜ ਕੱਲ੍ਹ ਲਾ ਸਕਦਾ। ਸੋ ਜ਼ਿਆਦਾ ਜੱਬ ਖਾਨੇ ਕਰਨ ਦੀ ਆਪਾਂ ਨੂੰ 20-25 ਹਜ਼ਾਰ ਲਾਉਣ ਦੀ ਲੋੜ ਨਹੀਂ, ਠੀਕ ਆ, ਅਤੇ ਨਾ ਆਪਾਂ ਨੂੰ 10-8 ਹਜ਼ਾਰ ਲਾਉਣ ਦੀ ਲੋੜ ਆ, ਠੀਕ ਆ, ਅਤੇ ਨਾ ਆਪਾਂ ਨੂੰ 4-5 ਹਜ਼ਾਰ ਲਾਉਣ ਦੀ ਲੋੜ ਆ। ਆ ਜਾਓ ਪਹਿਲਾਂ ਮੈਂ ਇੱਕ ਵਾਰੀ ਔਨ ਕਰਕੇ ਦਿਖਾਊਂਗਾ, ਫਿਰ ਆਪਾਂ ਜਦੋਂ ਲਾਵਾਂਗੇ ਅਤੇ ਉਹ ਵੀ ਦਿਖਾਵਾਂਗੇ, ਠੀਕ ਆ। ਅਤੇ ਚਲੋ ਸਭ ਤੋਂ ਪਹਿਲਾਂ ਇਹਨੂੰ ਮੈਂ ਸਕੈਨ ਕਰ ਲੈਣਾ। ਇਹਨਾਂ ਦੀ ਕਿਊਬੋ ਦੀ ਇੱਕ ਐਪ ਆ, ਠੀਕ ਆ, ਉਹ ਐਪ ਨੂੰ ਆਪਾਂ ਪਲੇ ਸਟੋਰ ਤੋਂ ਜਾ ਕੇ ਡਾਊਨਲੋਡ ਕਰ ਲੈਣਾ ਆ, ਅਤੇ ਉਹ ਆਲਰੇਡੀ ਮੈਂ ਕਰਕੇ ਰੱਖੀ ਹੋਈ ਆ ਡਾਊਨਲੋਡ, ਠੀਕ ਆ, ਕਿਉਂਕਿ ਫਿਰ ਵੀਡੀਓ 'ਚ ਜ਼ਿਆਦਾ ਟਾਈਮ ਨਾ ਲੱਗੇ ਤਾਂ ਤੁਹਾਡਾ ਟਾਈਮ ਵੇਸਟ ਨਾ ਹੋਵੇ, ਠੀਕ ਹੈ, ਇਸ ਕਰਕੇ ਮੈਂ ਡਾਊਨਲੋਡ ਕਰਕੇ ਉਹ ਐਪ ਰੱਖੀ ਹੋਈ ਆ। ਅਤੇ ਆਹ ਦੇਖੋ ਕਿਊਬੋ ਦੀ, ਇਹਨੂੰ ਆਹ ਕਿਊਬੋ ਦੀ ਐਪ, ਓਕੇ। ਸੋ ਫਿਲਹਾਲ ਲਾਈਟ ਵੀ ਗਈ ਹੋਈ ਆ, ਇਹ ਉਹਦੇ ਵਿੱਚ ਵੀ ਕੰਮ ਕਰਦਾ। ਸੋ ਹਾਂ, ਟੈਨਸ਼ਨ ਨਹੀਂ ਲੈਣੀ ਵੀ ਲਾਈਟ ਗਈ ਹੋਈ ਆ, ਕਿਵੇਂ ਚੱਲੂਗਾ ਕਿ ਨਹੀਂ। ਲਓ ਜੀ, ਡਾਟਾ ਕੇਬਲ ਇੰਨੀ ਲੰਬੀ ਆ, ਜਾਣ ਕੇ ਮੇਰੇ ਆਹ ਹੱਥ ਜਿੰਨੀ ਬਹੁਤ ਜ਼ਿਆਦਾ ਲੰਬੀ ਆ, ਠੀਕ ਆ। ਅਤੇ ਆਪਾਂ ਜੇ ਇਹਨੂੰ ਹੋਰ ਲੰਬਾ ਕਰਨਾ ਹੋਵੇ ਆਪਣੇ ਲੋੜ ਦੇ ਅਨੁਸਾਰ ਉਹਨੂੰ ਕਰ ਸਕਦੇ ਹਾਂ। ਸਭ ਤੋਂ ਵੱਡੀ ਗੱਲ ਇਹ ਕੈਮਰੇ ਦਾ ਫਾਇਦਾ, ਹੁਣ ਇਸ ਟਾਈਮ ਲਾਈਟ ਨਹੀਂ ਹੈਗੀ, ਇਹ ਲਾਈਟ ਤੋਂ ਬਿਨਾਂ ਚੱਲੂਗਾ, ਦੇਖਿਓ। ਇਹ ਚੱਲੂਗਾ ਜੀ ਇੱਕ ਪਾਵਰ ਬੈਂਕ 'ਤੇ, ਦੇਖੋ ਪਾਵਰ ਬੈਂਕ ਇੱਕ ਫੋਨ ਦੀ ਬੈਟਰੀ 'ਤੇ ਵੀ ਚੱਲਦਾ ਆ, ਠੀਕ ਆ। ਅਤੇ ਹੋਰ ਸੁਣੋ, ਇੱਕ ਵਾਰੀ ਪਾਵਰ ਬੈਂਕ ਚਾਰਜ ਕੀਤੀ ਨਾਲ ਪੂਰੇ 10 ਦਿਨ ਚੱਲੂਗਾ, ਇਹਦੀ ਗਰੰਟੀ ਆ। ਹਾਂ, ਪਾਵਰ ਬੈਂਕ ਹੋਣੀ ਚਾਹੀਦੀ ਆ, 2000 mAh ਦੀ ਹੋਣੀ ਚਾਹੀਦੀ ਆ, ਅਤੇ ਇਹ ਪੂਰੇ 10 ਦਿਨ ਚੱਲਦਾ ਇੱਕ ਵਾਰੀ ਪਾਵਰ ਬੈਂਕ ਚਾਰਜ ਕੀਤੀ ਨਾ। ਜਿਹਨਾਂ ਨੇ ਮੋਟਰਾਂ ਮਾਟਰਾਂ 'ਤੇ ਲਾਉਣੇ ਹੋਵੇ ਕੈਮਰਾ, ਮੰਨ ਲਓ ਚੋਰੀ ਹੋ ਜਾਂਦੀ ਤਾਰਾਂ ਦੀ, ਸੋ ਉਹਦੇ ਲਈ ਵੀ ਬੈਸਟ ਆ। ਅਤੇ ਵੱਡੀ ਗੱਲ ਇਹਨੂੰ ਕੋਈ ਤੋੜਨ ਦੀ ਕੋਸ਼ਿਸ਼ ਕਰੂਗਾ, ਤੁਹਾਡਾ ਸਵਾਲ ਇਹ ਆ, ਉਹਦਾ ਵੀ ਮੈਂ ਦਿੰਦਾ, ਰੁੱਕ ਜਾਓ, ਜਵਾਬ ਤੋੜਨ ਦਾ ਵੀ ਜਵਾਬ ਦਿੰਦਾ। ਚਲੋ ਪਹਿਲਾਂ ਆਹ ਦੇਖਿਓ ਜਰਾ, ਹੋ ਗਿਆ ਔਨ। ਹੁਣ ਦੇਖਿਓ ਇਹਦਾ ਕਮਾਲ, ਜਿਹੜਾ ਮੇਨ ਕਮਾਲ ਆ, ਹੁਣ ਦੇਖਿਓ ਇਹਦਾ ਕੈਮਰੇ ਦਾ, ਕਿਉਂਕਿ ਆਹ ਦੇਖੋ, ਕਿਉਂ ਮੰਨਦੇ ਆ ਨਾ। ਸੋ ਘੁੰਮ ਵੀ ਦੇਖ ਲਓ ਤੁਸੀਂ, ਕਹਿੰਦਾ ਘੁੰਮਦਾ ਕਿੰਨਾ ਕੁ। ਸੋ ਹਾਂਜੀ, ਰੁਪਿੰਦਰ ਵੀ ਦੱਸੂਗੀ ਇਹਦੇ ਬਾਰੇ, ਇਹ ਇੱਕ ਮਿੰਟ ਰੁਕਿਓ। ਆਹ ਦੇਖਿਓ, ਸਿਰ ਘੁੰਮਾਉਂਦਾ ਪਿਆ ਬਹੁਤ ਜ਼ਿਆਦਾ, ਹੁਣ ਰੁਪਿੰਦਰ ਵੱਲ ਨੂੰ ਹੋ ਗਿਆ। ਆਹ ਦੇਖੋ, ਆਹ ਦੇਖੋ ਇੱਧਰ, ਕਿਉਂ ਕਿਵੇਂ ਕੋਈ ਆਜੂ ਚੋਰ, ਠੀਕ ਆ। ਲਓ ਜੀ ਰੁਪਿੰਦਰ ਦੱਸੋ। ਹਾਂਜੀ, ਅਸੀਂ ਜਾਣ ਕੇ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਲੋਕਲ ਮਾਰਕੀਟ ਤੋਂ ਲਿਆ, ਉਹ ਆਪਣੇ ਪੰਜਾਬੀ ਸੀਗੇ, ਸ਼ੋਪ ਕੀਪਰ ਜਿਹੜੇ ਸੀਗੇ ਸਰਦਾਰ ਸੀ। ਹਾਂਜੀ ਸਰਦਾਰ ਸੀ, ਤੇ ਉਹਨਾਂ ਨੇ ਦੱਸਿਆ ਕਿ ਅਸੀਂ ਘਰ ਵਿੱਚ ਵੀ ਇਹੀ ਯੂਜ ਕਰਦੇ ਹਾਂ। ਕਹਿੰਦੇ ਲੈਟ ਗਏ ਤੇ ਇਨਵਰਟਰ ਲਾ ਸਕਦੇ ਸੀਗੇ, ਸਾਡੇ ਇਨਵਰਟਰ ਨਹੀਂ ਹੈਗਾ, ਤਾਂ ਉਹ ਕਹਿੰਦੇ ਤੁਸੀਂ ਪਾਵਰ ਬੈਂਕ ਨਾਲ ਅਸੀਂ ਚਲਾ ਸਕਦੇ ਹਾਂ ਤੇ ਤੁਹਾਡੇ ਸਾਹਮਣੇ ਚੱਲ ਰਿਹਾ। ਤੇ ਦੂਜੀ ਇੱਕ ਹੋਰ ਚੀਜ਼, ਮਤਲਬ ਇਹ ਜਿੱਦਾਂ ਸਾਡੇ ਨੈੱਟ 5G ਆ ਨਾ, 5G ਇਹ ਨਹੀਂ ਚੱਕ ਰਿਹਾ ਸੀਗਾ, ਤੇ ਇਹ 4G ਤੇ ਚੱਲਣਾ ਪਹਿਲਾਂ ਵੀ। ਜੇ ਤੁਹਾਡੇ ਘਰ 'ਚ ਨਾ 5G ਲੱਗਾ ਹੋਇਆ, ਤੁਸੀਂ ਉੱਥੇ ਲਾਉਂਦੇ ਰਹੋਗੇ, ਤੁਹਾਨੂੰ ਲੱਗੂਗਾ ਪਤਾ ਨਹੀਂ ਕੈਮਰਾ ਖਰਾਬ ਆ, ਹਨਾ, ਕਿਉਂਕਿ ਅਸੀਂ ਉਹ ਚੀਜ਼ ਕਰਕੇ ਦੇਖੀ, ਤੁਹਾਨੂੰ ਦੱਸਿਆ ਨਹੀਂ। ਕੈਮਰਾ ਖਰਾਬ ਨਹੀਂ ਹੁੰਦਾ, ਤੁਸੀਂ 4G ਤੇ ਕਰਿਓ, ਕਿਉਂਕਿ 4G ਨੂੰ ਹੀ ਚੱਕੂਗਾ, ਤੇ ਇਹ ਸਾਡਾ ਇਹ 4G ਤੇ ਚੱਲ ਰਿਹਾ। ਅਸੀਂ 2 ਘੰਟੇ ਫਸੇ ਰਹੇ ਇਸ ਚੀਜ਼। ਦੂਜੀ ਗੱਲ, ਅਸੀਂ ਬਹੁਤ ਸਾਰੀਆਂ ਸ਼ੋਪਾਂ ਤੇ ਪਤਾ ਕੀਤਾ ਸੀਗਾ, ਤੇ ਇੱਕ ਅਸੀਂ ਸ਼ੋਪ ਤੇ ਪਤਾ ਕੀਤਾ ਸੀ, ਉਹ ਕਹਿੰਦੇ ਸੀ ਅਸੀਂ ਲਾ ਕੇ ਜਾਵਾਂਗੇ, ਤੋ ਇਹ ਤੋਂ ਜ਼ਿਆਦਾ ਡਬਲ ਖਰਚਾ ਮਤਲਬ ਪੈਂਦਾ ਸੀ ਸਾਨੂੰ। ਇਹ ਨਿੰਦਾ ਨੇ ਆਪ ਹੀ ਘਰ ਵਿੱਚ ਚਾਲੂ ਕਰ ਲਿਆ, ਤੇ ਆਪ ਹੀ ਆਪਾਂ ਲਾ ਸਕਦੇ, ਤੇ ਬਹੁਤ ਹੀ ਸੌਖਾ ਤੇ ਈਜ਼ੀ ਆ ਲਾਉਣ ਦਾ। ਬਸ ਐਪ ਡਾਊਨਲੋਡ ਕਰੋ ਤੇ ਵਾਈਫਾਈ ਦੇ ਨਾਲ ਕਨੈਕਟ ਸਕੈਨ ਕਰੋ, ਸਕੈਨ ਕਰੋ ਤੇ
ਉਹ ਚਾਲੂ ਹੋ ਜਾਂਦਾ। ਬਹੁਤ ਵਧੀਆ ਚੀਜ਼ ਆ, ਜਿੱਦਾਂ ਸਾਰਿਆਂ ਦੀ ਡਿਮਾਂਡ ਸੀ ਕਿ ਪਿੱਛੇ ਜੇ ਤੁਹਾਨੂੰ ਪਤਾ ਲੁਟੇਰੇ ਤੇ ਚੋਰ ਆ ਗਏ ਸੀਗੇ, ਉਹਨਾਂ ਤੋਂ ਬਚਣ ਲਈ ਅਸੀਂ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਲਗਵਾ ਲਿਆ ਆ ਸੀਸੀਟੀਵੀ ਕੈਮਰਾ। ਸੀਸੀਟੀਵੀ ਵਿੱਚ ਚਿੱਟਾ ਟੈਟੂ ਤੇਰਾ ਗਿਆ। ਤੇ ਹੁਣ ਸਭ ਤੋਂ ਵੱਡੀ ਸਾਨੂੰ ਕਨਫਿਊਜ਼ਨ ਇਹ ਆ ਕਿ ਇਹਨੂੰ ਰੱਖੀਏ ਤਾਂ ਰੱਖੀਏ ਕਿੱਥੇ, ਕਿੱਥੇ ਲਾਇਆ ਜਾਵੇ। ਤੁਸੀਂ ਵੀ ਸਾਨੂੰ ਜ਼ਰੂਰ ਐਡਵਾਈਸ ਦਿਓ ਕਿ ਕਿੱਥੇ ਲੱਗਣਾ ਚਾਹੀਦਾ ਆ, ਬਾਕੀ ਅਸੀਂ ਦੇਖਦੇ ਹਾਂ ਕਿੱਥੇ ਲਾਉਣਾ ਚਾਹੀਦਾ। ਤੇ ਸਾਰੇ ਜਣੇ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡਾ ਕੈਮਰਾ ਕਿੱਦਾਂ ਦਾ ਲੱਗਾ। ਬਹੁਤ ਵਧੀਆ ਨਿੰਦਰ ਕਹਿੰਦਾ, ਛੋਟਾ ਜਿਹਾ ਕਿਊਟ ਜਿਹਾ, ਬਹੁਤ ਸੋਹਣਾ ਜੀ। ਹੁਣ ਕੋਈ ਟੈਨਸ਼ਨ ਨੀ, ਟੈਨਸ਼ਨ ਫਿਲਹਾਲ ਮਾੜਾ ਜਿਹਾ ਆਪਾਂ ਦੇਸੀ ਗਾਰਡ ਲਾ ਕੇ ਟਕਾਉਂਦੇ ਹਾਂ, ਠੀਕ ਆ। ਤੇ ਚਲੋ ਆ ਜਾਓ, ਮੈਂ ਰੱਖਦਾ ਇਹਨੂੰ ਕਿਤੇ ਨਾ ਕਿਤੇ। ਚਲੋ ਆ ਜਾਓ, ਚਾਲੂ ਕਰਕੇ ਨੀ ਦਿਖਾਇਆ ਟੈਬ ਵਿੱਚ ਆਪਾਂ, ਅੱਜ ਦਿਖਾਉਂਦੇ ਹੁਣੇ ਦਿਖਾਉਂਦੇ। ਲਓ ਜੀ, ਹਾਂ ਅਜੇ ਰੁਪਿੰਦਰ ਨੂੰ ਦਿਖਾਉਣਾ। ਲਓ ਜੀ, ਰੁਪਿੰਦਰ ਕਹਿੰਦੀ ਮੈਨੂੰ ਦਿਖਾਓ। ਸੋ ਦੇਖੋ ਰੁਪਿੰਦਰ ਨੂੰ ਹੁਣ ਆਪਾਂ ਦਿਖਾਉਂਦੇ ਹਾਂ, ਕੈਮਰਾ ਰੱਖਤਾ। ਤੇ ਹੁਣ ਮੈਂ ਤੁਹਾਨੂੰ ਕੈਮਰਾ ਰੱਖਤਾ ਤੇ ਹੁਣ ਆਪਾਂ ਚਲਾਉਂਦੇ ਹਾਂ। ਲਓ ਜੀ, ਕੈਮਰਾ ਆਪਣਾ ਆਨ ਹੋ ਜਾਵੇ। ਤੁਸੀਂ ਦੋ ਤੋਂ ਤਿੰਨ ਫੋਨਾਂ ਚ ਵੀ ਇਹ ਵਾਲੀ ਜਿਹੜੀ ਐਪ ਹੈ, ਦੋ ਤੋਂ ਤਿੰਨ ਫੋਨਾਂ ਚ ਵੀ ਯੂਜ਼ ਕਰ ਸਕਦੇ ਹੋ। ਤੁਸੀਂ ਹਸਬੈਂਡ ਵਾਈਫ ਹੈ ਨਾ, ਤੁਸੀਂ ਆਪਾਂ ਆਪਣੀ ਇੱਦਾਂ ਵੀ ਦੇਖ ਸਕਦੇ ਹੋ, ਬਾਹਰ ਜੋਬ ਤੇ ਰਹਿਣ ਜਾਂ ਕਿਤੇ ਵੀ ਹੈ, ਜਿੰਨਿਆਂ ਤੇ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ। ਨਾਲੋ ਨਾਲ ਨੋਟੀਫਿਕੇਸ਼ਨ ਵੀ ਉਹ ਕਹਿੰਦੇ ਦਿੰਦਾ, ਬਾਕੀ ਅਸੀਂ ਦੇਖਦੇ ਹਾਂ ਯੂਜ਼ ਕਰਕੇ ਕਿੱਦਾਂ ਹੁੰਦੀ ਹੈ ਜੀ। ਸੋ ਲਓ ਜੀ, ਕਨੈਕਟ ਨਹੀਂ ਹੋ ਰਿਹਾ ਆਪਣਾ, ਠੀਕ ਹੈ। ਜਿਵੇਂ ਕਿ ਆਹ ਦੇ ਲਓ, ਵਾਈਫਾਈ ਕਨੈਕਟ ਨਹੀਂ ਹੋ ਰਿਹਾ ਤੇ ਇਸ ਕਰਕੇ ਆਨ ਨਹੀਂ ਹੋ ਰਿਹਾ। ਸੋ ਇਹਨੂੰ ਆਪਾਂ ਆਨ ਕਰਕੇ ਦਿਖਾਵਾਂਗੇ ਤੇ ਕੈਮਰੇ ਨੂੰ ਲਾ ਕੇ ਦਿਖਾਵਾਂਗੇ ਤੁਹਾਨੂੰ। ਆਹ ਦੇਖ ਲਓ, ਇੱਧਰ ਲਾਈਟਾਂ ਲੂਟਾਂ ਜਗਦੀਆਂ ਕਿ ਹਨੇਰੇ ਵਿੱਚ ਵੀ ਪਤਾ ਲੱਗੂਗਾ। ਰੁਪਿੰਦਰ, ਅੱਜ ਤੇਰੇ ਕੋਲ ਬੜਾ ਮੁਸ਼ਕਲ ਨਾਲ ਬਚਾ ਹੋਇਆ, ਦੱਸ ਦੇ ਸਾਰਿਆਂ ਨੂੰ ਯਾਰ। ਮੈਂ ਬੈੱਡ ਤੇ ਪਈ ਸੀਗੀ, ਪਤਾ ਨਹੀਂ ਕਿੱਧਰੋਂ ਇੰਨਾ ਮੋਟਾ ਕਾਕਰੋਚ ਆ ਗਿਆ। ਕੱਲ੍ਹ ਸ਼ੁਕਰ ਸਪਰੇਅ ਲੈ ਆਉਂਦੀ ਕਾਕਰੋਚ ਛਿੜਕਣ ਵਾਲੀ। ਪਹਿਲੇ ਮੈਂ ਕਿਹਾ ਸਿਹਤ ਠੀਕ ਨਹੀਂ ਹੈ, ਅਤੇ ਵਿੱਚ ਕਹਿੰਦੇ ਹੁੰਦੇ ਆ ਨਾ ਵੀ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਜਿੱਥੋਂ ਇਹ ਲੰਘ ਜਾਵੇ। ਫਿਰ ਨਿੰਦਰ ਨੇ ਮਸੀ ਲੱਭ ਕੇ ਉਹਨੂੰ ਮਾਰਿਆ, ਅਤੇ ਹੁਣ ਆਪਣਾ ਕੈਮਰਾ ਸੀ ਲੈ ਆਉਂਦਾ, ਹੁਣ ਸਫਾਈ ਮੁਹਿੰਮ। ਮੈਂ ਨਿੰਦਰ ਕਹਿੰਦਾ ਥੋੜ੍ਹੀ ਜਿਹੀ ਸਫਾਈ ਕਰ ਦਊਂ, ਕਾਕਰੋਚ ਤੋਂ ਡਰ ਬੜਾ ਲੱਗਦਾ ਜੀ। ਅਤੇ ਕੈਮਰਾ ਆਪਾਂ ਤੁਹਾਨੂੰ ਚਾਲੂ ਕਰਕੇ ਦਿਖਾਉਣਾ ਸੀਗਾ, ਪਰ ਕੀ ਕਰੀਏ, ਲਾਈਟ ਹੈ ਨਹੀਂ, ਲਾਈਟ ਆਈ ਨਹੀਂ, 4 ਘੰਟੇ ਹੋ ਗਏ। ਸਾਰੇ ਹਨੇਰਾ ਹਨੇਰਾ ਆਇਆ, ਸੋ ਲਾਈਟ ਹੈ ਨਹੀਂ ਬਿਲਕੁਲ। ਆਈ ਹੋਪ ਲਾਈਟ ਆ ਜਾਵੇ ਤਾਂ ਕੱਲ੍ਹ ਆਪਾਂ ਸਾਨੂੰ ਸਾਰਾ ਚਾਲੂ ਕਰਕੇ ਵੀ ਦਿਖਾਵਾਂਗੇ, ਸਾਰਾ ਕੁਛ ਦੱਸਾਂਗੇ, ਕਿੱਦਾਂ ਐਕਸਪੀਰੀਅੰਸ ਰਿਹਾ, ਜੋ ਵੀ ਹੋਇਆ ਸਾਰਾ ਕੱਲ੍ਹ ਆਪਾਂ ਚਾਲੂ ਕਰ ਦੇਣਾ। ਅੱਜ ਆਪਾਂ ਤੁਹਾਨੂੰ ਓਪਨਿੰਗ ਕਰਕੇ ਤੱਕ ਦੱਸਦੀ ਹੈ, ਅਤੇ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਆਪਾਂ ਲਾਉਣ ਲੱਗੇ ਹਾਂ ਸੀਸੀਟੀਵੀ ਕੈਮਰੇ ਕਮਰੇ ਵਿੱਚ। ਅਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਰਾ ਸੀਸੀਟੀਵੀ ਕੈਮਰਾ ਕਿੱਦਾਂ ਲੱਗਾ, ਵੀ ਆਪਾਂ ਤਾਂ ਆਪਣੇ ਵੱਲੋਂ ਬੈਸਟ ਜਿੱਦਾਂ ਕੰਪਨੀ ਦਾ ਲਿਆਉਣ ਦੀ ਕੋਸ਼ਿਸ਼ ਕੀਤੀ ਜੀ। ਬਿਲਕੁਲ। ਸੋ ਦੋਸਤੋ, ਇੱਥੇ ਵੀਡੀਓ ਦਾ ਐਂਡ ਕਰਦੇ ਹਾਂ, ਠੀਕ ਆ। ਤੇ ਇਹ ਸੀ ਸਾਡਾ ਅੱਜ ਕਿਊਬਾ ਦਾ ਕੈਮਰਾ, ਤੇ ਇਹਦੇ ਵਿੱਚ ਜਿਹੜਾ ਮੈਮਰੀ ਕਾਰਡ ਪੈਂਦਾ ਆ ਜੀ, ਉਹ ਪੈਂਦਾ ਆ 256 GB ਤੱਕ ਇਹ ਮੈਮਰੀ ਕਾਰਡ ਚੁੱਕ ਲੈਂਦਾ, ਪਰ ਮੈਂ ਇਸ ਟਾਈਮ ਇਹਦੇ ਵਿੱਚ 128 GB ਦਾ ਪਾਇਆ ਆ, ਜੋ ਕਿ ਕੱਢੂਗਾ 15 ਦਿਨ ਬਾਅਦ ਆਪਣੇ ਆਪ ਰੀਸੈਟ ਹੋ ਜੂਗਾ, ਅਤੇ ਜੇ ਕਰਨਾ ਹੋਵੇ ਤਾਂ ਵੀ ਠੀਕ ਆ। ਅਤੇ ਹਾਂ, ਇਹਦੇ ਵਿੱਚ ਇੱਕ ਇਹ ਵੀ ਫੰਕਸ਼ਨ ਆ, ਚੋਰ ਸਾਹਮਣੇ ਆਊ ਅਤੇ ਉਹਦਾ ਕੀ ਬਣੂਗਾ ਵੀ ਉਹ ਜੇ ਕੈਮਰਾ ਤੋੜ ਦੇਵੇ। ਪਹਿਲੀ ਗੱਲ ਤਾਂ ਜੇ ਤੋੜ ਵੀ ਦੇਵੇ, ਇਹਦੀ ਜਿਹੜੀ ਵੀਡੀਓ ਆ ਉਹ ਆਪਣੇ ਆਪ ਆਪਾਂ ਇੱਥੋਂ ਚੱਕ ਸਕਦੇ ਹਾਂ। ਸੋ ਇਹ ਸੀ ਕਿਊਬਾ ਦਾ ਕੈਮਰਾ।